ਆਪਾਂ ਇਹਨਾਂ ਦੇ ਜਿਤਨੇ ਵੱਡੇ ਜੇ ਨਾ ਹੁਣ ਤੱਕ ਸਾਰਿਆਂ ਨੇ ਰਹਿਮ ਦੀਆਂ ਅਪੀਲਾਂ ਕੀਤੀਆਂ ਹੋਈਆਂ ਜੇ, ਮੁਮਤਾਜ਼ ਕਾਦਰੀ ਤੱਕ ਇਹਨੇ ਵੀ ਸਦਰ ਅੱਗੇ ਰਹਿਮ ਦੀ ਅਪੀਲ ਕੀਤੀ ਸੀ, ਜਨਾਬ ਜੇ ਬੜਾ ਚੰਗਾ ਕੰਮ ਕੀਤਾ ਤੇ ਰਹਿਮ ਕਿਉਂ ਮੰਗਦੇ ਹੋ? ਫਿਰ ਪਹਿਲੇ ਲਿਖ ਦਿਓ ਜਨਾਬ ਅਸੀਂ ਫੰਦੇ ਚੁੰਮ ਲਵਾਂਗੇ, ਬਾਅਦ ਹੀ ਰਹਿਮ ਦੀਆਂ ਅਪੀਲਾਂ ਕਰਦੇ ਹੋ। ਉਨਕੋ ਸਮਝ ਆ ਜਾਤੀ ਹੈ ਸਭ ਕੁਝ ਢਕੋਸਲਾ ਝੂਠ। ਮੁਮਤਾਜ਼ ਹੁਸੈਨ ਕਾਦਰੀ ਰਜ਼ਵੀ ਅਤਾਰੀ ਨੇ ਨਾ ਸਦਰ ਕੋ ਰਹਿਮ ਕੀ ਅਪੀਲ ਕੀ ਥੀ, ਨਾ ਕੀ ਹੈ ਔਰ ਨਾ ਹੀ ਕਭੀ ਸਦਰ ਪਾਕਿਸਤਾਨ ਸੇ ਰਹਿਮ ਕੀ ਅਪੀਲ ਕਰੂੰਗਾ। ਮੈਂ ਇਸਕੋ ਖਿਲਾਫ਼ ਸ਼ਰੀਅਤ ਸਮਝਤਾ ਹੂੰ। ਇਸ ਮਾਮਲੇ ਮੇਂ ਮੇਰਾ ਵਹੀ ਮੌਕਫ ਹੈ ਜੋ ਵਕਲਾਏ ਨਾਮੂਸ ਰਿਸਾਲਤ ਉਲਮਾ ਹੱਕ ਖੁਸੂਸਨ ਸ਼ੇਖ ਉਲ ਹਦੀਸ ਹਜ਼ਰਤ ਅਲਾਮਾ ਹਾਫਿਜ਼ ਖਾਦਿਮ ਹੁਸੈਨ ਰਜ਼ਵੀ ਸਾਹਿਬ, ਹਜ਼ਰਤ ਅਲਾਮਾ ਡਾਕਟਰ ਅਸ਼ਰਫ ਆਸਿਫ ਜਲਾਲੀ ਸਾਹਿਬ, ਮੁਫਤੀ ਮੁਹੰਮਦ ਹਨੀਫ ਕੁਰੈਸ਼ੀ ਕਾਦੀ ਸਾਹਿਬ ਔਰ ਦੀਗਰ ਉਲਮਾ ਹੱਕ ਹੈ। ਗੁਲਾਮਾਂ ਨੇ ਮੁਹੰਮਦ ਜਾਨ ਦੇਣੇ ਸੇ ਨਹੀਂ ਡਰਤੇ, ਯੇ ਸਰ ਕੱਟ ਜਾਏ ਯਾ ਰਹਿ ਜਾਏ ਵੋ ਪਰਵਾਹ ਨਹੀਂ ਕਰਦੇ। ਹਮਕੋ ਅੱਲਾਹ ਔਰ ਨਬੀ ਸੇ ਪਿਆਰ ਹੈ, ਇਨਸ਼ਾ ਅੱਲਾਹ ਦੋ ਜਹਾਂ ਮੇਂ ਆਪਣਾ ਬੇੜਾ ਪਾਰ ਹੈ। ਗੁਲਾਮੀ ਰਸੂਲ ਮੇਂ ਮੌਤ ਵੀ ਕਬੂਲ ਹੈ, ਮੁਮਤਾਜ਼ ਕਾਦਰੀ ਹਰਦਮ ਤਿਆਰ ਹੈ, ਇਨਸ਼ਾ ਅੱਲਾਹ ਅਜ਼ਵਜਲ। ਅਸਲਾਮ।